ਹੁਸ਼ਿਆਰਪੁਰ ਚੰਡੀਗੜ੍ਹ ਰੋਡ ਤੇ ਸਥਿਤ ਖੇਤੀ ਭਵਨ ਦੇ ਵਿੱਚ ਅੱਜ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵਿਸ਼ੇਸ਼ ਤੌਰ ਤੇ ਪਹੁੰਚੇ, ਜਿੱਥੇ ਉਹਨਾਂ ਕਿਸਾਨਾਂ ਦੇ ਲਈ ਵੱਖ ਵੱਖ ਕੰਪਨੀਆਂ ਦੇ ਸਟਾਲਾਂ ਦਾ ਦੌਰਾ ਕੀਤਾ ਤੇ ਕਿਸਾਨੀ ਦੇ ਨਾਲ ਜੁੜੇ ਸਹਾਇਕ ਧੰਦਿਆਂ ਦੇ ਸਟਾਲਾਂ ਤੇ ਜਾ ਕੇ ਸੈਲਫ ਹੈਲਪ ਗਰੁੱਪਾਂ ਦੀ ਹੌਸਲਾ ਅਫਜ਼ਾਈ ਕੀਤੀ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਅੱਜ ਖੇਤੀਬਾੜੀ ਵਿਭਾਗ ਹੁਸ਼ਿਆਰਪੁਰ ਵੱਲੋਂ ਇੱਕ ਵਿਸ਼ਾਲ ਖੇਤੀਬਾੜੀ ਮੇਲਾ ਲਗਾਇਆ ਗਿਆ ਹੈ। ਇਸ ਮੇਲੇ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਮੌਜੂਦ ਨੇ। ਇੱਥੇ ਕਿਸਾਨਾਂ ਨੂੰ ਜਿੱਥੇ PAU ਦੁਆਰਾ ਅਤੇ ਔਰ ਸਾਡੇ ਆਫਿਸਰਸ ਦੁਆਰਾ ਨਵੀਂ ਨਵੀਂ ਤਕਨੀਕਾਂ ਬਾਰੇ ਦੱਸਿਆ ਜਾ ਰਿਹਾ ਹੈ। ਹੁਣ ਆਉਣ ਵਾਲੀ ਸਾਉਣੀ ਫਸਲ ਦੀ ਜਿਸ ਤਰ੍ਹਾਂ ਸੋਇੰਗ ਕਰਨੀ ਹੈ, ਉਸ ਦੇ ਬਾਰੇ ਸਾਰਾ ਨਵੀਂ ਤਕਨੀਕ, ਨਵੇਂ ਬੀਜ, ਪੈਸਟੀਸਾਈਡਸ ਵਗੈਰਾ ਬਾਰੇ ਦੱਸਿਆ ਜਾ ਰਿਹਾ। ਉੱਥੇ ਹੀ ਇੱਥੇ ਬਹੁਤ ਸਾਰੀ ਸਟਾਲਾਂ ਵੀ ਲੱਗੀਆਂ ਨੇ। ਸਟਾਲਸ ਦੇ ਵਿੱਚ ਡਿਫਰੈਂਟ ਸੈਲਫ ਹੈਲਪ ਗਰੁੱਪਸ ਦੀ ਸਟਾਲਾਂ ਲੱਗੀਆਂ ਨੇ ਜੋ ਕਿ ਆਪਣੇ ਪ੍ਰੋਡਕਟਸ ਇੱਥੇ ਡਿਸਪਲੇ ਕਰ ਰਹੇ ਹੈ ਅਤੇ ਇਹਨਾਂ ਨੂੰ ਬਹੁਤ ਅੱਛਾ ਇੱਕ ਰਿਸਪੋਂਸ ਵੀ ਮਿਲ ਰਿਹਾ। ਨਾਲ ਹੀ ਵੱਖ ਵੱਖ ਖੇਤੀਬਾੜੀ ਦੇ ਵਿੱਚ ਪ੍ਰਯੋਗ ਹੋਣ ਵਾਲੇ ਉਪਕਰਨ, ਬੀਜ, ਪੈਸਟੀਸਾਈਡਸ ਵਗੈਰਾ ਬਾਰੇ ਵੀ ਸਟਾਲਸ ਲੱਗੀਆਂ ਨੇ। ਵੱਖ ਵੱਖ ਸਰਕਾਰੀ ਮਹਿਕਮੇ ਜਿਵੇਂ ਕਿ ਫਿਸ਼ਰੀਜ਼ ਡਿਪਾਰਟਮੈਂਟ, ਐਨੀਮਲ ਹਸਬੈਂਡਰੀ, ਇਹਨਾਂ ਦੀ ਵੀ ਸਟਾਲਸ ਲੱਗੀ ਅਤੇ ਨਾਲ ਹੀ PAU ਦੀ ਇੱਕ ਸਟਾਲ ਲੱਗੀ ਹੈ ਜਿੱਥੇ PAU ਵੱਲੋਂ ਜੋ ਵੀ ਲੇਟੈਸਟ ਰਿਸਰਚ ਹੋਈ ਹੈ ਉਸ ਦੇ ਬਾਰੇ ਦੱਸਿਆ ਜਾ ਰਿਹਾ ਹੈ। ਕਿਸ ਤਰ੍ਹਾਂ ਅਸੀਂ ਸਾਉਣੀ ਦੀ ਫਸਲਾਂ ਦੀ ਬਿਜਾਈ ਕਰਨੀ ਹੈ ਅਤੇ ਕਿਸ ਤਰ੍ਹਾਂ ਉਸਦੀ ਅੱਗੇ ਦੇਖਭਾਲ ਕਰਨੀ ਹੈ, ਉਸ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ। ਮੈਂ ਸਮੂਹ ਕਿਸਾਨ ਭਰਾਵਾਂ ਨੂੰ ਇਹੀ ਬੇਨਤੀ ਵੀ ਕਰਦੇ ਹਾਂ ਕਿ ਹੁਣ ਸਾਡੀ ਸਾਉਣੀ ਦੀ ਫਸਲ ਦੀ ਜਿੱਥੇ ਬਿਜਾਈ ਹੋਈ ਹੈ ਉੱਥੇ ਕਣਕ ਦੀ ਕਟਾਈ ਵੀ ਹੋਣੀ ਹੈ। ਉਸ ਤੋਂ ਅਸੀਂ ਇੱਕ ਤਾਂ ਟਾਈਮ ਦੀ ਥੋੜ੍ਹੀ ਪਾਬੰਦੀ ਰੱਖੀ, ਅਸੀਂ ਗਿੱਲੀ ਫਸਲਾਂ ਲੈ ਕੇ ਮੰਡੀਆਂ ਦੇ ਵਿੱਚ ਨਾ ਆਈਏ, ਕੇਵਲ ਸੁੱਕੀ ਫਸਲਾਂ ਨੂੰ ਹੀ ਮੰਡੀ ਦੇ ਵਿੱਚ ਲੈ ਕੇ ਆਈਏ ਅਤੇ ਨਾਲ ਦੀ ਨਾਲ ਅਸੀਂ ਵੱਧ ਤੋਂ ਵੱਧ DSR ਦੀ ਟੈਕਨੀਕ ਨੂੰ ਪ੍ਰਮੋਟ ਕਰੀਏ ਤਾਂ ਜੋ ਸਾਡਾ ਪੀਣ ਵਾਲਾ ਪਾਣੀ ਦਾ ਪੱਧਰ ਹੈ ਉਹ ਔਰ ਥੱਲੇ ਨਾ ਜਾਵੇ।